ਸਾਰਿਆਂ ਨੂੰ ਜੈਮਸੀ ਦੀ ਮੇਰਾ ਨਾਮ ਸੋਨੀਆ ਮੈਂ ਪਿੰਡ ਚੱਕਮਗਲਾਣੀ ਨਕੋਦਰ ਦੀ ਰਹਿਣ ਵਾਲੀ ਹਾਂ ਮੈਂ ਆਪਣੇ ਜੀਵਨ ਦੀ ਬਹੁਤ ਵੱਡੀ ਗਵਾਹੀ ਦੇਣ ਜਾ ਰਹੀ ਹਾਂ ਕਿਸ ਤਰ੍ਹਾਂ ਮੈਨੂੰ ਪ੍ਰਭੂ ਜਿਸਮ ਸਿੰਘ ਨੇ ਦੁਸ਼ਟ ਆਤਮਾ ਤੋਂ ਆਜ਼ਾਦ ਕਰਵਾਇਆ 2015 'ਚ ਸਾਡੇ ਘਰ ਮਾਸ ਦੇ ਟੁਕੜੇ ਆਉਣੇ ਸ਼ੁਰੂ ਹੋਏ ਸੀਗੇ ਦੋ ਦਿਨ ਮਾਸ ਦੇ ਟੁਕੜੇ ਆਉਂਦੇ ਰਹੇ ਦੇ ਉਹ ਚੱਕ ਕੇ ਤਾਂ ਮੇਰੇ ਦਾਦਾ ਜੀ ਨੇ ਹੀ ਸੁੱਟੇ ਪਰ ਅਸੀਂ ਨਹੀਂ ਸੁੱਟੇ ਕਿਸੇ ਨੇ ਵੀ ਪਰ ਉਹ ਦੁਸ਼ਟ ਆਤਮਾ ਦੀ ਪ੍ਰੋਬਲਮ ਸਿਰਫ ਮੈਨੂੰ ਹੀ ਹੋਈ ਘਰ ਵਿੱਚੋਂ ਕਿ ਉਹ ਦੁਸ਼ਟ ਆਤਮਾ ਸਿਰਫ ਜਕੜਦੀ ਸੀ ਸਿਰਫ ਮੈਨੂੰ ਜਕੜਦੀ ਸੀ ਮੈਨੂੰ ਉੱਦਾਂ ਜਦੋਂ ਹੋਈ ਤਾਂ ਸਾਡੀ ਲਾਈਟ ਵੀ ਬੁੱਝ ਗਈ ਸੀਗੀ ਚੀਕਾਂ ਮੇਰੀਆਂ ਵੱਜਣ ਲੱਗ ਪਈਆਂ ਮੈਨੂੰ ਘਬਰਾਹਟ ਸ਼ੁਰੂ ਹੋਣ ਲੱਗ ਪਈ ਮੈਂ ਮੰਮਾ ਉਹਨਾਂ ਨੂੰ ਨਾਲ ਪਈ ਸੀਗੀ ਅਤੇ ਮੇਰੇ ਬ੍ਰਦਰ ਹੁਣੀ ਕਹਿਣ ਲੱਗ ਪਏ ਇਹਨੂੰ ਕੀ ਹੋ ਗਿਆ ਆ ਅਤੇ ਮੇਰੇ ਬ੍ਰਦਰ ਨੇ ਮੇਰੇ ਦੋ ਚਪੇੜਾਂ ਵੀ ਮਾਰੀਆਂ ਪਰ ਮੈਨੂੰ ਕੋਈ ਸੋਚ ਨਹੀਂ ਸੀ ਕਿੰਨੀਆਂ ਵੀ ਮੇਰੇ ਭਰਾਵਾਂ ਨੇ ਮੇਰੇ ਮਾਰਿਆ ਮੰਮੀ ਕਹਿੰਦੇ ਇਹਨੂੰ ਨਾ ਮਾਰੇ ਇਹਦੇ ਨਹੀਂ ਵੱਜਦੀ ਪਈ ਫਿਰ ਮੇਰੇ ਭਰਾ ਨੂੰ ਸਮਝ ਲੱਗ ਗਈ ਮੇਰਾ ਭਰਾ ਕਹਿੰਦਾ ਨਹੀਂ ਮੰਮੀ ਇਹ ਸੋਨੀਆ ਨਹੀਂ ਇਹਦੇ ਵਿੱਚ ਕੋਈ ਚੀਜ਼ ਆ ਸਵੇਰ ਨੂੰ ਫਿਰ ਬੜੀ ਸੋਹਣੀ ਹੋ ਜਾਣਾ ਰਾਤ ਨੂੰ ਤਾਂ ਬਿਲਕੁਲ ਨਹੀਂ ਪਤਾ ਲੱਗਦਾ ਸੀ ਕਿ ਮੈਂ ਕੌਣ ਆ ਕੌਣ ਨਹੀਂ ਅਤੇ ਮੈਂ ਮੰਮਾ ਹੁਣਾਂ ਨੂੰ ਡਰਾਉਂਦੀ ਹੁੰਦੀ ਸੀਗੀ ਅਤੇ ਮੰਮਾ ਹੁਣੀ ਮੈਨੂੰ ਕਹਿੰਦੇ ਹੁੰਦੇ ਸੀ ਸਵੇਰ ਨੂੰ ਉੱਠ ਕੇ ਸੋਨੀਆ ਤੈਨੂੰ ਕੀ ਹੁੰਦਾ ਆ ਤੂੰ ਦੱਸ ਸਾਨੂੰ ਕੀ ਹੁੰਦਾ ਆ ਤੈਨੂੰ ਮੇਰਾ ਸਰੀਰ ਸੀ ਜਿੱਦਾਂ ਕਿ ਚੱਲਦਾ ਹੀ ਨਹੀਂ ਸੀ ਹੁੰਦਾ ਮੈਂ ਕੰਮ ਕਰਦੀ ਨਹੀਂ ਸੀ ਹੁੰਦੀ ਫਿਰ ਇੱਦਾਂ ਕਾਰਨ ਮੰਮੀ ਹੁਣੀ ਵੀ ਪਰੇਸ਼ਾਨ ਰਹਿਣ ਲੱਗ ਪਏ ਸੀ ਸਾਡੇ ਘਰ ਬਹੁਤ ਜ਼ਿਆਦਾ ਲੜਾਈ ਰਹਿਣ ਲੱਗ ਪਈ ਸੀਗੀ ਅਤੇ ਸਾਡੀਆਂ ਚੀਜ਼ਾਂ ਵੀ ਚੱਲਦੀਆਂ ਚੱਲਦੀਆਂ ਖਰਾਬ ਹੋਣ ਲੱਗ ਪਈਆਂ ਸੀ ਫਰਿੱਜ ਵੀ ਖਰਾਬ ਹੋ ਗਈ ਸੀ ਦੋ ਤਿੰਨ ਵਾਰੀ ਠੀਕ ਕਰਾਈ ਫਰਿੱਜ ਫਿਰ ਵੀ ਨਹੀਂ ਠੀਕ ਹੋਈ ਅਤੇ ਫਿਰ ਸਾਡਾ ਇਨਵੈਟਰ ਵੀ ਖਰਾਬ ਹੋ ਗਿਆ ਇੱਕ ਦਿਨ ਅਤੇ ਕੂਲਰ ਵੀ ਸਾਡਾ ਖਰਾਬ ਹੋ ਗਿਆ ਸੀ ਅਤੇ ਇੱਕ ਦਿਨ ਟੀ ਵੀ ਵੀ ਸਾਡਾ ਚੱਲਦਾ ਚੱਲਦਾ ਆਪੇ ਹੀ ਬੰਦ ਹੋਣ ਲੱਗ ਪਿਆ ਅਤੇ ਇੱਕ ਦਿਨ ਇੱਦਾਂ ਟੁਲੂ ਪੰਪ ਸਾਡਾ ਚੱਲਦਾ ਪਿਆ ਸੀ ਉਹ ਚੱਲਦਾ ਚੱਲਦਾ ਹੀ ਸੜ ਗਿਆ ਬਹੁਤ ਸਾਡੇ ਘਰ ਲੜਾਈ ਰਹਿਣ ਲੱਗ ਪਈ ਸੀ ਡੈਡੀ ਮੰਮਾ ਨੂੰ ਕੁੱਟਣ ਵੀ ਲੱਗ ਪਏ ਸੀ ਬਹੁਤ ਜ਼ਿਆਦਾ ਕਿਹਾ ਸੀ ਕਹਿੰਦਾ ਡੈਡੀ ਤੁਸੀਂ ਕਾਹਦੋਂ ਕੁੱਟ ਦਿੰਦੇ ਨੇ ਡੈਡੀ ਕਹਿੰਦੇ ਮੈਨੂੰ ਨਹੀਂ ਪਤਾ ਲੱਗਦਾ ਮੈਨੂੰ ਕੀ ਹੁੰਦਾ ਰਹਿੰਦਾ ਆ ਅਤੇ ਮੰਮੀ ਹੁਣੀ ਤਾਂ ਇੱਕ ਦਿਨ ਤਾਂ ਬਹੁਤ ਜ਼ਿਆਦਾ ਹੱਦੋਂ ਵੱਧ ਲੜੇ ਸੀ ਸਾਡੇ ਆਂਢ ਗੁਆਂਢ ਸਾਰੇ ਇਕੱਠੇ ਹੋ ਗਏ ਸੀ ਅਤੇ ਫਿਰ ਅਸੀਂ ਬਹੁਤ ਜ਼ਿਆਦਾ ਦੁਖੀ ਹੋ ਗਏ ਸੀਗੇ ਸਾਡੇ ਘਰ ਟੂਣੇ ਬਹੁਤ ਜ਼ਿਆਦਾ ਹੁੰਦੇ ਸੀ ਕਦੀ ਕੋਠੇ 'ਤੇ ਕੈਂਚੀ ਡਿੱਗੀ ਹੋਣੀ ਕਦੀ ਮਾਸ ਦੇ ਟੁਕੜੇ ਘਰ ਆ ਜਾਣੇ ਸਾਡੇ ਗੇਟ ਦੇ ਸਾਹਮਣੇ ਆਂਡੇ ਵੀ ਹੁੰਦੇ ਸੀਗੇ ਅਤੇ ਅਸੀਂ ਇਗਨੋਰ ਜਿਹਾ ਕਰਦੇ ਸੀਗੇ ਪਰ ਫਿਰ ਵੀ ਸਾਨੂੰ ਪਤਾ ਨਹੀਂ ਸੀ ਕਿ ਸਾਡੇ ਘਰ ਇੰਨੀ ਜ਼ਿਆਦਾ ਮੁਸੀਬਤ ਆਊਗੀ ਅਸੀਂ ਤੰਗ ਹੋ ਕੇ ਸਾਨੂੰ ਉੱਥੋਂ ਜਗ੍ਹਾ ਵੀ ਵੇਚਣੀ ਪਈ ਫਿਰ ਅਸੀਂ ਤੰਗ ਹੋ ਕੇ ਬਹੁਤ ਜ਼ਿਆਦਾ ਅਤੇ ਅਸੀਂ ਚੱਕਮਗਲਾਣੀ ਪਿੰਡ ਵਿੱਚ ਆਏ ਫਿਰ ਸਾਡੇ ਇੱਥੇ ਵੀ ਆਣ ਕੇ ਸਾਨੂੰ ਬਹੁਤ ਜ਼ਿਆਦਾ ਬਿਮਾਰੀਆਂ ਨੇ ਘੇਰ ਲਿਆ ਸੀਗਾ ਜਦੋਂ ਅਸੀਂ ਫੈਕਟਰੀ ਜਾਣ ਲੱਗੇ ਤਾਂ ਸਾਨੂੰ ਕਿਸੇ ਨੇ ਖਾਂਬਰਾ ਚਰਚ ਬਾਰੇ ਦੱਸਿਆ ਅਤੇ ਫਿਰ ਮੰਮੀ ਹੁਣੀ ਖਾਂਬਰਾ ਚਰਚ ਗਏ ਅਤੇ 8 ਜਨਵਰੀ ਨੂੰ ਪ੍ਰੇਰਿਤ ਅੰਕੁਰ ਨਰੂਲਾ ਜੀ ਦਾ ਜਨਮਦਿਨ ਸੀ ਅਤੇ ਮੰਮੀ ਹੁਣੀ ਮੇਰੇ ਚਰਚ ਗਏ ਸੀ ਉਸ ਦਿਨ ਅਤੇ ਪ੍ਰੇਰਿਤ ਅੰਕੁਰ ਨਰੂਲਾ ਜੀ ਨੇ ਕਿਹਾ ਸੀ ਕਿ ਕੋਈ ਵੀ ਸਵੀਟ ਲਾਈਟ ਤੋਂ ਬਗੈਰ ਘਰ ਨਾ ਜਾਵੇ ਅਤੇ ਮੇਰੇ ਮੰਮਾ ਹੁਣੀ ਉਸ ਦਿਨ ਸਵੀਟ ਲੈ ਕੇ ਆਏ ਸੀਗੇ ਮੰਮਾ ਹੁਣੀ ਕਹਿੰਦੇ ਕਿ ਸੁਣੀਆ ਆਹ ਸਵੀਟ ਅੱਜ ਆਪਾਂ ਸਾਰਿਆਂ ਨੂੰ ਰਲ ਕੇ ਖਾਣੀ ਆ ਅੱਜ ਪ੍ਰੇਰਿਤ ਅੰਕੁਰ ਨਰੂਲਾ ਜੀ ਦਾ ਜਨਮਦਿਨ ਸੀਗਾ ਅਤੇ ਮੈਂ ਖਾਧੀ ਅਤੇ ਰਾਤ ਨੂੰ ਮੈਨੂੰ ਇੰਨੀਆਂ ਜ਼ਿਆਦੀਆਂ ਵੋਮਿਟਿੰਗ ਸ਼ੁਰੂ ਹੋ ਗਈਆਂ ਕਿ ਬਹੁਤ ਜ਼ਿਆਦਾ ਅਤੇ ਫਿਰ ਦੂਜੇ ਦਿਨ ਮੈਂ ਮੰਮੀ ਨੂੰ ਦੱਸਿਆ ਕਿ ਮੰਮਾ ਮੇਰਾ ਸਰੀਰ ਬਿਲਕੁਲ ਹਲਕਾ ਵਾ ਮੈਂ ਹੁਣ ਬਿਲਕੁਲ ਠੀਕ ਹਾਂ ਫਿਰ ਮੈਂ ਮੰਮੀ ਨੂੰ ਦੱਸਿਆ ਕਿ ਮੰਮੀ ਮੈਂ ਹੁਣ ਠੀਕ ਹਾਂ ਮੰਮੀ ਕਹਿੰਦੇ ਮੰਮੀ ਮੇਰੇ ਬਹੁਤ ਖੁਸ਼ ਹੋਏ ਕਿ ਹੁਣ ਸਾਡੀ ਕੁੜੀ ਬਿਲਕੁਲ ਠੀਕ ਆ ਹੁਣ ਜੇ ਕੋਈ ਸਾਡੇ ਰਿਲੇਟਿਵ ਰਿਸ਼ਤੇਦਾਰ ਆਉਂਦਾ ਆ ਅਤੇ ਉਹ ਸਭ ਮੇਰੇ ਵੱਲ ਦੇਖ ਕੇ ਯਕੀਨ ਨਹੀਂ ਕਰਦਾ ਕਿ ਇਹ ਹੁਣ ਪਹਿਲਾਂ ਵਾਲੀ ਸੋਨੀਆ ਰਹੀ ਆ ਉਹ ਦੇਖ ਕੇ ਕਹਿ ਦਿੰਦੇ ਆ ਕਿ ਤੁਹਾਡੀ ਕੁੜੀ ਦੇ ਮੂੰਹ 'ਤੇ ਹਾਸੇ ਰਹਿੰਦਾ ਆ ਹੁਣ ਗੁੱਸਾ ਕਰਦੀ ਨਹੀਂ ਹੈਗੀ ਕਹਿੰਦੇ ਪਹਿਲਾਂ ਨਹੀਂ ਤਾਂ ਜਿੱਦਾਂ ਦੀ ਕਹਿੰਦੇ ਇਹ ਸੀਗੀ ਨਹੀਂ ਤਾਂ ਸਾਰਿਆਂ ਨੂੰ ਟੁੱਟ ਟੁੱਟ ਕੇ ਪੈਂਦੀ ਸੀਗੀ ਅਤੇ ਹੁਣ ਹੁਣ ਕਹਿ ਦਿੰਦੇ ਆ ਹੁਣ ਇਹ ਤਾਂ ਗੁੱਸਾ ਕਰਦੀ ਨਹੀਂ ਹੁਣ ਇਹਨੂੰ ਜੋ ਮਰਜ਼ੀ ਕਹੀ ਚਲੋ ਹੱਸ ਕੇ ਸਾਰ ਦਿੰਦੀ ਆ ਸਾਰਿਆਂ ਨੂੰ ਅਤੇ ਹੁਣ ਮੈਂ ਕਿਸੇ ਨਾਲ ਲੜਦੀ ਵੀ ਨਹੀਂ ਗੀ ਘਰ ਮੰਮੀ ਹੁਣਾਂ ਨਾਲ ਵੀ ਨਹੀਂ ਲੜਦੀ ਫਿਰ ਸਾਰੇ ਮੇਰੇ ਵੱਲ ਦੇਖ ਕੇ ਹੱਸਦੇ ਹੁੰਦੇ ਆ ਕਿ ਇਹ ਹੁਣ ਗੁੱਸਾ ਕਰਦੀ ਨਹੀਂ ਬਿਲਕੁਲ ਨਹੀਂ ਗੁੱਸਾ ਕਰਦੀ ਮੇਰੇ ਪਾਪਾ ਵੀ ਹੁਣ ਕੰਮ ਕਰਦੇ ਆ ਅਸੀਂ ਵੀ ਕੰਮ ਕਰਦੇ ਹਾਂ ਹੁਣ ਮੇਰੇ ਬ੍ਰਦਰ ਹੁਣੀ ਵੀ ਮੈਨੂੰ ਦੇਖ ਦੇਖ ਕੇ ਖੁਸ਼ ਆ ਕਿ ਇਹ ਖੁਸ਼ ਰਹਿੰਦੀ ਆ ਤਾਂ ਹੁਣ ਅਸੀਂ ਸਾਰੇ ਬਹੁਤ ਜ਼ਿਆਦਾ ਖੁਸ਼ ਰਹਿੰਦੇ ਹਾਂ ਹੁਣ ਮੈਂ ਘਰ ਦਾ ਸਾਰਾ ਕੰਮ ਕਰਦੀ ਹਾਂ ਇਹਦੇ ਲਈ ਮੈਂ ਪ੍ਰਭੂ ਯਸ਼ਮ ਸਿੰਘ ਦਾ ਅਤੇ ਪ੍ਰੇਰਿਤ ਅੰਕੁਰ ਨਰੂਲਾ ਜੀ ਦਾ ਦਿਲੋਂ ਧੰਨਵਾਦ ਕਰਦੀ ਹਾਂ।